ਕਿਸਾਨ ਭਰਾਵੋ, ਬਾਗ ਦੇ ਵਿੱਚ ਲੱਗਿਆ ਹੋਇਆ ਤੁਹਾਨੂੰ ਇੱਕ ਨਰਮੇ ਦੀ ਫਸਲ ਦਾ ਖੇਤ ਦਿਖਾ ਰਿਹਾ। ਫਾਰਮਰ ਦੇ ਨਾਲ ਵੀ ਗੱਲਬਾਤ ਕਰਾਵਾਂਗਾ ਕਿ ਜਿਹੜੇ ਕਿਸਾਨ ਪਹਿਲਾਂ ਕੋਈ ਬਾਗ ਲੱਗਿਆ ਹੋਇਆ ਉਹ ਪੱਟ ਕੇ ਨਵਾਂ ਬਾਗ ਲਾਉਣਾ ਚਾਹੁੰਦੇ ਆ, ਉਹਦੇ ਵਿੱਚ ਕਿਉਂਕਿ 2-3 ਸਾਲਾਂ ਤੱਕ ਆਪਾਂ ਨੂੰ ਫਰੂਟ ਦੀ ਵੇਟ ਕਰਨੀ ਪੈਂਦੀ ਹੈ, ਬੂਟੇ ਦੀ ਕਨੋਪੀ ਤਿਆਰ ਕਰਨੀ ਪੈਂਦੀ ਆ, ਪਰ ਉਦੋਂ ਤੱਕ ਆਪਾਂ ਕਿਹੜੀਆਂ ਕਿਹੜੀਆਂ ਫਸਲਾਂ ਲੈ ਸਕਦੇ ਹਾਂ? ਉਹਦੇ ਵਿੱਚ ਇੱਕ ਨਰਮਾ ਵੀ ਅਜਿਹੀ ਫਸਲ ਆ ਜਿਹੜੀ ਘੱਟ ਪਾਣੀ ਨਾਲ ਹੋ ਜਾਂਦੀ ਆ ਅਤੇ ਘੱਟ ਸਮੱਸਿਆਵਾਂ ਨਾਲ ਜ਼ਿਆਦਾ ਝਾੜ ਦੇ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਮੈਂ ਵੀਡੀਓ ਸਾਂਝੀ ਕਰ ਰਿਹਾ, ਸਾਰੀ ਵੀਡੀਓ ਧਿਆਨ ਨਾਲ ਦੇਖਣਾ। ਕਿਸਾਨ ਭਰਾਵੋ, ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ। ਫਸਲਾਂ ਦੇ ਨਾਲ ਸੰਬੰਧਿਤ ਆਪਾਂ ਵੀਡੀਓ ਬਣਾਉਂਦੇ ਹਾਂ, ਪਰ ਅੱਜ ਇੱਕ ਖਾਸ ਵੀਡੀਓ ਆ ਜਿਹੜੀ ਕਿ ਇੱਕ ਫਸਲ ਦੇ ਨਾਲ ਸੰਬੰਧਿਤ ਨਹੀਂ, ਬਾਗ ਵਾਲੀ ਫਸਲ ਅਤੇ ਨਰਮੇ ਦੀ ਫਸਲ ਨੂੰ ਮਿਲਾ ਕੇ ਲਾਉਣ ਦਾ, ਜਿਹੜਾ ਵਧੀਆ ਇੱਕ ਚੰਗਾ ਪੈਸੇ ਬਟਾਊ ਕੰਮ ਵੀ ਹੈਗਾ। ਮਿਹਨਤ ਦੇ ਵਿੱਚ ਵੀ ਆਪਾਂ ਓਨਾ ਕੀ ਜੋਖਮ ਕਰਨਾ ਪੈਂਦਾ ਜਿੰਨਾ ਕੁ ਆਪਾਂ ਆਮ ਕਰਦੇ ਹਾਂ, ਪਰ ਸਰਕਾਰਾਂ ਦੀਆਂ ਮਾਰੂ ਨੀਤੀਆਂ ਆਪਾਂ ਨੂੰ ਚੰਗੇ ਰੇਟ ਨਹੀਂ ਮਿਲ ਰਹੇ ਹੈਗੇ, ਪਰ ਕੁਛ ਇਸ ਤਰ੍ਹਾਂ ਦਾ ਆਪਾਂ ਆਪਣੇ ਖੇਤਾਂ ਦੇ ਵਿੱਚ ਕਰ ਸਕਦੇ ਹਾਂ ਜਿੱਥੇ ਆਪਣਾ ਕੁਦਰਤ ਆਪਣਾ ਸਾਥ ਦੇ ਰਹੀ ਹੈ, ਚੰਗਾ ਪਾਣੀ ਹੈ, ਜ਼ਮੀਨ ਚੰਗੀ ਹੈ, ਪੌਣ ਪਾਣੀ ਆਪਣਾ ਸਾਥ ਦੇ ਰਿਹਾ, ਤਾਂ ਉੱਥੇ ਨਰਮੇ ਦੇ ਵਿੱਚ ਅਮਰੂਦ ਦੀ ਖੇਤੀ ਕੀਤੀ ਹੋਈ ਹੈ। ਕੋਈ ਇੱਕ ਸਾਲ ਦੀ ਖੇਤੀ ਨਹੀਂ ਹੈਗੀ ਅਮਰੂਦ ਦੀ, ਪੂਰਾ ਸਾਲ ਖੇਤੀ ਮਿਲਦੀ ਆ, ਪੂਰਾ ਫਲ ਆਪਾਂ ਨੂੰ ਸਾਲ ਮਿਲਦਾ। ਇਹ ਕਿਹੜੀ ਵਰਾਇਟੀ ਲੱਗੀ ਹੋਈ ਆ ਉਹਦੇ ਬਾਰੇ ਵੀ ਦੱਸਾਂਗੇ, ਜਿਹੜੇ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਲਾਈ ਹੋਈ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਵਾਂਗਾ। ਪਰ ਨਰਮੇ ਦੀ ਫਸਲ ਦਾ ਆਪਾਂ ਆਮ ਹੀ ਝਾੜ ਦੇਖਿਆ ਕਿ 25 ਮਣ ਤੋਂ ਲੈ ਕੇ 25 ਮਣ ਜਿਹੜੇ ਚੰਗੇ ਕਿਸਾਨ ਆ ਉਹ ਲੈਂਦੇ ਆ, ਨਹੀਂ ਤਾਂ ਇਦੋਂ ਵੀ ਕੰਮ ਘੱਟ ਰਹਿ ਜਾਂਦਾ ਹੈਗਾ। 20 ਮਣ ਦੇ ਵਿੱਚ ਹੀ ਕਿਸਾਨਾਂ ਦਾ ਜਿਹੜਾ ਝਾੜ 8 ਕਨਾਲਾਂ ਦੇ ਵਿੱਚੋਂ ਆਉਂਦਾ, ਅਤੇ ਜਿਹੜੇ ਕਿਸਾਨ ਮਿਹਨਤੀ ਆ, ਜ਼ਮੀਨਾਂ ਚੰਗੀਆਂ, ਮੌਸਮ ਕਈ ਵਾਰੀ ਸਾਥ ਦਿੰਦਾ ਅਤੇ ਝਾੜ ਵੱਧਦਾ, ਪਰ ਇਹਨਾਂ ਨੇ ਆਪਣੇ ਨਾਂ 53 ਮਣ ਪ੍ਰਤੀ ਕਿੱਲੇ ਦਾ ਝਾੜ ਵੀ ਲਿਆ ਹੋਇਆ। ਗੱਲ ਸੁਣਨ ਦੇ ਵਿੱਚ ਬਹੁਤ ਹਲਕੀ ਲੱਗਦੀ ਹੈ, ਝੂਠੀ ਲੱਗਦੀ ਹੈ, ਸਹੀ ਨਹੀਂ ਲੱਗਦੀ ਹੈਗੀ, ਪਰ ਇਹਨਾਂ ਨੇ ਕਿਸ ਤਰੀਕੇ ਨਾਲ ਉਹ ਝਾੜ ਲਿਆ ਅਤੇ ਕਿੰਨੇ ਗੋੜੇ, ਕਿਉਂਕਿ ਆਪਾਂ ਦੇਖਦੇ ਹਾਂ ਕਿ 3 ਫੁੱਟ ਵਾਲਾ ਜਿਹੜਾ ਓੜਾ, 3.5 ਫੁੱਟ ਓੜੇ 'ਤੇ ਲਾਈਨ ਟੂ ਲਾਈਨ ਆਪਾਂ ਜਿਹੜੀ ਬਿਜਾਈ ਕਰਦੇ ਹਾਂ, ਉਹਦੇ 62 ਓੜੇ ਲਗਭਗ 63 ਓੜੇ ਜਿਹੜੇ ਇੱਕ ਕਿੱਲੇ ਦੇ ਵਿੱਚ ਆਉਂਦੇ ਆ। ਪਰ ਜਿਹੜੇ ਇਸ ਤਰੀਕੇ ਨਾਲ ਜਿਹੜਾ ਨਰਮਾ ਲਾਇਆ ਜਾਂਦਾ, ਇਹਨਾਂ ਨੇ ਇੱਕ ਜਿਹੜੀ ਰੋਅ ਲਾਈ ਹੋਈ ਆ ਉਹ ਅਮਰੂਦ ਦੇ ਬਾਗ ਦੀ ਲਾਈ ਹੋਈ ਆ, ਉਦੋਂ ਬਾਅਦ 3 ਓੜੇ ਨਰਮੇ ਦੇ ਲਾਏ ਹੋਏ ਆ, ਅਤੇ ਫਿਰ ਅਮਰੂਦ ਦੀ ਜਿਹੜੀ ਆ ਬਾਗ ਦੀ ਰੋਅ ਲੱਗੀ ਹੋਈ ਹੈ, ਜਿਹਦੇ ਕਰਕੇ ਕਿ ਨਰਮੇ ਦੇ ਵਿੱਚ ਡੰਡੀਆਂ ਬਣਾਉਣ ਦੀ ਲੋੜ ਹੀ ਨਹੀਂ ਪਈ ਅਤੇ ਨਰਮਾ ਜਿਹੜਾ ਉਹ ਖੁੱਲ੍ਹਾ ਹੋ ਗਿਆ, ਮਤਲਬ ਓੜੇ ਇਹਦੇ 10-12 ਓੜੇ 1 ਕਿੱਲੇ ਮਗਰ ਘੱਟ ਗਏ ਆਮ ਨਰਮੇ ਨੂੰ, ਝਾੜ ਓਨਾ ਹੀ ਆ ਰਿਹਾ, ਝਾੜ ਕਈ ਵਾਰੀ ਮੌਸਮ ਕਰਕੇ ਵੱਧ ਵੀ ਜਾਂਦਾ। ਆਪਾਂ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਪਹਿਲਾਂ ਆਪਣੇ ਬਾਰੇ ਦੱਸੋ ਥੋੜ੍ਹਾ। ਗੁਰਮੀਤ ਸਿੰਘ, ਸਾਰੋ ਗੁਰਰਾਜ ਸਿੰਘ, ਪਿੰਡ ਬੁਰਜ, ਤਹਿਸੀਲ ਮੌੜ, ਜ਼ਿਲ੍ਹਾ ਬਠਿੰਡਾ ਦਾ। ਠੀਕ ਹੈ ਜੀ, ਤੁਸੀਂ ਇਹ ਪਹਿਲਾਂ ਇਹਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਆ ਇਹ ਅਮਰੂਦ ਦੇ ਬਾਗ ਦੀ, ਇਦੋਂ ਪਹਿਲਾਂ ਕਿਹੜਾ ਬਾਗ ਲੱਗਿਆ ਹੋਇਆ ਸੀ? ਇਦੋਂ ਪਹਿਲਾਂ ਆਪਣੇ ਕੋਲੇ ਕਿਨੂੰ ਲੱਗਿਆ ਹੋਇਆ ਸੀ ਇਹਦੇ? ਠੀਕ ਹੈ ਜੀ, ਕਿ ਇਹ ਅਮਰੂਦ ਦਾ ਬਾਗ ਕਦੋਂ ਲੱਗਿਆ ਜੀ ਇਹਦੇ ਵਿੱਚ? ਇਹ ਅਮਰੂਦ ਦਾ ਬਾਗ 2018 ਚ ਲਾਇਆ ਜੀ। 3 ਸਾਲ ਹੋ ਗਏ, 2.5 ਸਾਲ ਦੇ ਲਗਭਗ ਹੋ ਚੁੱਕੇ ਆ। ਤੇ ਅਮਰੂਦ ਦੇ ਸਟਾਰਟਿੰਗ ਦੇ ਵਿੱਚ ਨਾਲ ਹੀ ਨਰਮਾ ਲੈਣਾ ਸ਼ੁਰੂ ਕਰਤਾ? ਨਾਲ ਹੀ ਨਰਮਾ ਜੀ। ਜਦੋਂ ਸਟਾਰਟਿੰਗ ਦੇ ਵਿੱਚ ਇਹਦੇ ਬੂਟੇ ਲਾਏ, ਲਗਭਗ ਉਦੋਂ ਬੂਟੇ ਦਾ ਸਾਈਜ਼ 1.5 ਫੁੱਟ 2 ਫੁੱਟ ਤੱਕ ਹੁੰਦਾ, ਬਹੁਤ ਛੋਟਾ ਹੁੰਦਾ, ਤੇ ਉਦੋਂ ਨਰਮੇ ਦੀ ਫਸਲ ਕਿਸ ਤਰੀਕੇ ਨਾਲ ਲਾਈ? ਉਸ ਟਾਈਮ ਦੇ ਵਿੱਚ ਮੈਂ 5 ਜੋੜੇ ਲਾਏ ਸੀ। ਠੀਕ ਹੈ, ਮਤਲਬ ਅਮਰੂਦਾਂ ਦੀ ਲੈਣ ਦੇ ਵਿਚਾਲੇ 5 ਜੋੜੇ ਲਾਏ ਸੀ। ਠੀਕ ਹੈ ਜੀ, ਤੇ ਉਹ ਉਸ ਟਾਈਮ ਤੇ ਮੇਰਾ 53 ਮਣ ਝਾੜਾ ਹੈ। ਠੀਕ ਹੈ ਜੀ, ਪਿਛਲੇ ਸਾਲ 2019 ਦੇ ਵਿੱਚ ਮੈਂ 3 ਓੜੇ ਲਾਏ ਆ ਜੀ। ਠੀਕ ਹੈ, ਮੇਰਾ 45-6 ਮਣ ਝਾੜਾ ਹੈ। ਠੀਕ ਹੈ, ਮਤਲਬ ਓੜੇ ਤੋੜਾ ਜਿਹੜਾ ਨਰਮਾ ਆਪਾਂ ਆਮ ਬਜਾਈ ਕਰਦੇ ਆ ਓਨਾ ਹੀ ਦੂਰ ਲੱਗਿਆ ਹੋਇਆ, ਮਤਲਬ 3.5 ਫੁੱਟ ਤੇ ਜਿਹੜਾ ਓੜਾ ਲੱਗਦਾ ਉਸੇ ਤਰੀਕੇ ਨਾਲ ਹੀ ਲੱਗਿਆ ਹੋਇਆ। ਪਰ ਜਿਹੜਾ ਅਮਰੂਦਾਂ ਵਾਲੇ, ਅਮਰੂਦੇ ਦਾ ਬੂਟਾ ਲਾਈਨ ਟੂ ਲਾਈਨ ਕਿੰਨੇ ਦੂਰੀ ਤੇ ਜੀ? 20 ਫੁੱਟ ਤੇ ਜੀ। 20 ਫੁੱਟ ਤੇ, ਉਹਦੇ ਵਿੱਚ ਜਿਹੜਾ ਆਪਾਂ 7.5 ਫੁੱਟ ਥਾਂ ਯੂਜ਼ ਕੀਤਾ ਉਹ ਨਰਮੇ ਦੇ ਲਈ ਕੀਤਾ, ਬਾਕੀ ਖੁੱਲਾ ਪਿਆ ਹੈਗਾ। ਤੇ ਇਸ ਵਾਰ ਜਿਹੜੀ ਹੈਗੀ ਕੀ ਪ੍ਰੋਡਕਸ਼ਨ ਹੋਣ ਦੇ ਚਾਂਸ ਆ? ਇਸ ਵਾਰ
ਮੇਰਾ 30-35 ਮਣ ਨਰਮਾ ਆਊਗਾ ਜੀ, ਇਸ ਕਰਕੇ ਥੋੜੇ ਮੇਰੇ ਬੂਟੇ ਵੱਧ ਗਏ। ਠੀਕ ਹੈ, ਉਹਨਾਂ ਨੇ ਵੀ ਜਗ੍ਹਾ ਲੈ ਲਈ ਜੀ। ਮਤਲਬ ਤੁਸੀਂ ਪਹਿਲਾਂ 5 ਓੜੇ ਲਾਏ ਸੀ, ਅਸੀਂ 3 ਕਰਤੇ। ਹਾਂ ਜੀ, ਸਟਾਰਟਿੰਗ ਦੇ ਵਿੱਚ ਜੀ 5 ਓੜੇ ਲਾਏ। ਪਿਛਲੇ ਸਾਲ ਵੀ 3-45 ਛੜੀ ਮਣ ਚਾੜ ਸੀ, ਗੱਲ ਕਰੋ ਬੂਟੇ ਉਹਨਾਂ ਨਰਮੇ ਫੈਲਣ ਵਾਸਤੇ ਵੱਧ ਜਗ੍ਹਾ ਮਿਲ ਗਈ। 2000 ਹੁਣ ਆ ਮੇਰੇ ਬੂਟੇ ਥੋੜੇ ਵੱਡੇ ਹੋ ਗਏ। 2018 ਦੇ ਵਿੱਚ ਜਦੋਂ ਬਾਗ ਛੋਟਾ ਸੀਗਾ, ਹਾਂ ਜੀ, ਸਟਾਰਟਿੰਗ ਦੇ ਵਿੱਚ ਲੱਗਿਆ ਸੀ, ਉਦੋਂ ਨਰਮੇ ਦੇ ਓੜੇ 5 ਲਾਏ ਸੀ, 5 ਲਾਏ ਸੀ, ਉਦੋਂ ਝਾੜ ਜ਼ਿਆਦੇ ਸੀ। ਹਾਂ ਜੀ, ਕਿਸਾਨ ਭਰਾਓ ਦੇਖੋ, ਗੱਲ ਇੱਥੇ ਇਹ ਸੋਚਣ ਵਾਲੀ ਹੈ, ਝਾੜ ਜ਼ਿਆਦਾ ਆਉਣਾ ਇੱਕ ਅਲੱਗ ਗੱਲ ਆ, ਪਰ ਤੁਸੀਂ ਦੇਖੋ ਵੀ ਜਿਹੜਾ ਨਰਮਾ ਆਪਾਂ ਸੰਘਣਾ ਲਾ ਲੈਂਦੇ ਹਾਂ ਉਹਦੀ ਹਾਈਟ ਆਪਾਂ 9-9 ਫੁੱਟ 'ਤੇ ਲੈ ਜਾਂਦੇ ਹਾਂ, ਪਰ ਤੁਸੀਂ ਦੇਖੋ ਇੱਥੇ ਹਾਈਟ ਆ ਜਿਹੜੀ ਉਹ ਆਹੀ 6-6.5 ਫੁੱਟ ਤੱਕ ਗਈ ਹੋਈ ਆ। ਪਰ ਜੇਕਰ ਇਹਦਾ ਵੀ ਝਾੜ ਉਹਦੇ ਬਰਾਬਰ ਜਾਂਦਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਬਿਰਲੀ ਫਸਲ ਕਾਮਯਾਬ ਆ। ਜੇਕਰ ਬਰਸਾਤ ਨੁਕਸਾਨ ਕਰਦੀ ਹੈ, ਬਰਸਾਤ 'ਤੇ ਕਿਸੇ ਫਸਲ ਦਾ ਵੀ ਨੁਕਸਾਨ ਕਰ ਸਕਦੀ ਹੈ, ਪਰ ਬਿਰਲੀ ਫਸਲ ਦੇ ਵਿੱਚ ਫਰੂਟ ਸਿਮਿਲਰ ਹੁੰਦਾ, ਸਮੈਟਰਿਕ ਹੁੰਦਾ ਅਤੇ ਉਹਦਾ ਸਾਈਜ਼ ਜ਼ਿਆਦਾ ਵਧੀਆ ਹੁੰਦਾ। ਜੇਕਰ ਆਪਾਂ ਸਾਂਭ ਸੰਭਾਲ ਚੰਗੇ ਤਰੀਕੇ ਨਾਲ ਕਰਦੇ ਹਾਂ ਅਤੇ ਕੁਦਰਤ ਆਪਣਾ ਸਾਥ ਦੇ ਜਾਂਦੀ ਹੈ, ਤਾਂ ਝਾੜ ਦੇ ਵਿੱਚ ਆਪਾਂ ਚੰਗਾ ਵਾਧਾ ਕਰ ਸਕਦੇ ਹਾਂ। ਬਾਕੀ ਹੋਰ ਕਿਸਾਨਾਂ ਨੂੰ ਬਾਕੀ ਆਪਣਾ ਮਰੂਦ ਹੈ ਜੀ, ਮਰੂਦ ਇਦੋਂ ਪਹਿਲਾਂ ਮੈਂ ਜੁਲਾਈ ਅਗਸਤ ਦੇ ਵਿੱਚ 50,000 ਕਿੱਲੇ ਦਾ ਵੱਟੇ ਜੀ। ਠੀਕ ਹੈ ਜੀ, ਅਤੇ 50,000 ਕਿੱਲੇ ਦਾ ਮੇਰਾ ਹੁਣ ਮਾਲ ਇਹ ਤਿਆਰ ਹੈ ਜੀ। 1,00,000 ਰੁਪਇਆ ਕਿੱਲਾ ਮੈਨੂੰ ਮਰੂਦ, ਸਮਝ ਲਓ 2.5 ਸਾਲ। ਇਹ ਮਰੂਦਾਂ ਦੀ ਕਿਹੜੀ ਵਰਾਇਟੀ ਲੱਗੀ ਹੈ? ਇਲਾਹਾਬਾਦੀ ਸਫੈਦਾ ਜੀ। ਇਲਾਹਾਬਾਦੀ ਸਫੈਦਾ ਲੱਗਿਆ ਹੋਇਆ। ਇਹ ਲੱਗਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਫਲ ਦੇਣ ਲੱਗ ਜਾਂਦਾ ਜੀ? ਇਹ ਸਮਝ ਲਓ 12 ਮਹੀਨੇ ਬਾਅਦ ਹੀ ਅਸਲ ਥੋੜਾ ਥੋੜਾ ਲੱਗ ਜਾਂਦਾ ਜੀ। ਠੀਕ ਹੈ ਜੀ, ਵੀ ਜਿਵੇਂ ਪਿਛਲੇ ਉਦੋਂ ਆਪਾਂ ਸਾਰਾ ਫਲ ਲੈਂਦੇ ਨੀ, ਬੂਟਾ ਛੋਟਾ ਹੁੰਦਾ, ਛੋਟਾ ਹੁੰਦਾ ਜੀ। ਠੀਕ ਹੈ, ਵੀ 5-4 ਕਿਲੋ ਫਲ ਦੇਤਾ ਜੀ। ਠੀਕ ਹੈ, ਅੱਜ ਇਹਨੂੰ 2.5 ਸਾਲ ਹੋ ਗਏ ਲੱਗੇ ਨੂੰ ਤੇ ਹੁਣ ਇਹ 1,00,000 ਰੁਪਇਆ ਦੇ ਰਹੇ ਜੀ ਆਪਾਂ। ਠੀਕ ਹੈ, ਕਿੱਲੇ ਦੇ ਵਿੱਚ ਕਿੰਨੇ ਬੂਟੇ ਆ ਜੀ? ਕਿੱਲੇ ਦੇ ਵਿੱਚ ਆਪਣੇ ਇਹ 200 ਬੂਟੇ ਜੀ। ਕਿੰਨੇ ਬਾਏ ਕਿੰਨੇ ਤੇ ਲੱਗਿਆ ਹੋਇਆ? ਇਹ ਆਪਣੇ 10x20 ਤੇ ਹੈ ਜੀ। 10x20 ਤੇ ਲੱਗਿਆ ਹੋਇਆ? ਠੀਕ ਹੈ ਜੀ, ਤੇ ਇਹ ਨਰਮੇ ਨੂੰ ਛੱਡ ਕੇ ਜਿਹੜੇ ਮਰੂਦਾਂ ਦੇ ਬੂਟੇ ਇਹਨਾਂ ਤੋਂ ਕੀ ਪ੍ਰੋਡਕਸ਼ਨ ਆਉਂਦੀ ਹੈ, ਕਿੰਨਾ ਕੁ ਫਾਇਦਾ ਤੱਕ ਜਾਂਦਾ ਵੱਧੋ ਵੱਧ ਜੀ? ਵੀ ਜੇ ਆਪਾਂ ਨਰਮਾ ਨਾ ਬੀਜੀਏ ਜੀ? ਨਹੀਂ, ਨਰਮਾ ਵਿੱਚ ਰਲਾ ਕੇ ਦੋਨੇ ਦੀ ਨਰਮਾ ਰਲਾ ਕੇ ਹੁਣ ਤੁਸੀਂ ਐਂ ਲਾ ਲਓ ਵੀ ਆਪਣਾ 14 ਕੁਇੰਟਲ ਤਾਂ ਨਰਮਾ ਹੋ ਗਿਆ। ਠੀਕ ਹੈ, 14-75 ਤਾਂ ਹੋ ਗਿਆ। ਠੀਕ ਹੈ, 1,00,000 ਰੁਪਇਆ ਮੈਨੂੰ ਇਹ ਹੁਣ 2.5 ਸਾਲ ਦੇ ਦੇ ਰਹੇ। ਠੀਕ ਹੈ, 1,70,000 ਰੁਪਇਆ। ਤੇ ਮੱਕੀ ਦੀ ਫਸਲ ਲੈਂਦੇ ਹੋ ਬਾਅਦ ਦੇ ਵਿੱਚ? ਉਦੋਂ ਬਾਅਦ ਮੈਂ ਕਣਕ ਨਹੀਂ ਬੀਜਦਾ ਜੀ ਇਹਦੇ 'ਚ। ਠੀਕ ਹੈ ਜੀ, ਨਰਮਾ ਜਮਾਂ ਧੁਰ ਤੱਕ ਟੀਂਡਾ ਖਿੜੂ ਜੀ। ਠੀਕ ਹੈ ਜੀ, ਇਸ ਕਰਕੇ ਮੇਰਾ ਝਾੜ ਵੱਧ ਰਿਹਾ। ਠੀਕ, ਉਦੋਂ ਬਾਅਦ ਮੈਂ 10 ਫਰਵਰੀ ਨੂੰ ਇਹ ਵਿੱਚ ਮੱਕੀ ਦੀ ਫਸਲ ਬੀਜੂ। ਠੀਕ ਹੈ ਜੀ, ਜੋ ਕਿ ਟਾਲ ਵਾਲੇ ਵੀ। ਠੀਕ, ਮਤਲਬ ਜਿਹੜਾ ਕੋਰੇ ਵਾਲਾ ਟਾਈਮ ਆ, ਠੰਡ ਵਾਲਾ ਟਾਈਮ, ਉੱਥੇ ਬਾਣ ਇੱਦਾਂ ਹੀ ਪਿਆ। ਹਾਂ, ਇੱਦਾਂ ਪਿਆ। ਠੀਕ ਹੈ ਜੀ, ਤੇ 50,000 ਰੁਪਇਆ ਮੇਰਾ ਉਹ ਠੇਕੇ ਤੇ ਲੱਗਦਾ। ਠੀਕ, ਮਤਲਬ ਉਹ ਹਰੇ ਚਾਰੇ ਦੇ ਲਈ ਮੱਕੀ ਯੂਜ਼ ਕਰ ਲਈ ਜਾਂਦੀ ਹੈ, ਜਿਹੜਾ ਕਿ ਵਿਸਾਖੀ ਵਾਲੇ ਮਹੀਨਾ, ਜਿਹੜਾ ਅਪ੍ਰੈਲ ਦਾ ਮਹੀਨਾ, ਜਦੋਂ ਕਿ ਖੇਤਾਂ ਦੇ ਵਿੱਚ ਜ਼ਿਆਦਾ ਹਰਿਆਲੀ ਵੀ ਨਹੀਂ ਹੁੰਦੀ, ਹਰਾ ਚਾਰਾ ਨਹੀਂ ਹੁੰਦਾ, ਤਾਂ ਉਦੋਂ ਉਹਦਾ ਵਧੀਆ ਰੇਟ ਮਿਲ ਜਾਂਦਾ। ਕੁੱਲ ਮਿਲਾ ਕੇ 1,25,000 ਰੁਪਇਆ ਹੋ ਗਿਆ ਜੀ। ਠੀਕ ਹੈ ਜੀ, ਮਤਲਬ 3 ਫਸਲਾਂ ਦਾ ਕੰਪੈਰੀਜ਼ਨ, ਹੌਲੀ ਹੌਲੀ ਜਿਵੇਂ ਜਿਵੇਂ ਬਾਗ ਵੱਡਾ ਹੋਈ ਜਾਊਗਾ, ਉਵੇਂ ਉਵੇਂ ਇਹਨਾਂ ਫਸਲਾਂ ਤੋਂ ਤੁਸੀਂ ਨਕਾ ਪਿੱਛੇ ਹਟ ਜਾਓ। ਠੀਕ ਹੈ, ਕਿਉਂਕਿ ਫਿਰ ਉਦੋਂ ਬਾਗ ਦੀ ਜਿਹੜੀ ਪੈਦਾਵਾਰ ਆ ਉਹ ਜ਼ਿਆਦਾ ਹੋ ਜੂਗੀ। ਬਾਗ ਦੀ ਹੋ ਜੂਗੀ। ਠੀਕ ਹੈ ਜੀ, ਤੇ ਅਗਲੇ ਸਾਲ ਦੀ ਤੁਹਾਡੀ ਕੀ ਪਲੈਨਿੰਗ ਹੈ ਜੀ? ਅਗਲੇ ਸਾਲ ਨੂੰ ਹੁਣ ਮੈਂ ਮੱਕੀ ਤੋਂ ਬਾਅਦ ਹੀ ਬਾਗ ਵਿਹਲਾ ਛੱਡੂਗੀ, ਨਰਮਾ ਨਹੀਂ ਲਾਉਂਗੀ। ਨਰਮਾ ਨਹੀਂ ਲਾਉਂਦਾ ਜੀ, ਤੇ ਫਿਰ ਜਿਹੜੀ ਪ੍ਰੋਡਕਸ਼ਨ ਆ ਉਹ ਵੱਧ ਜੂਗੀ, ਅਮਰੂਦ ਦੀ ਵਧੂਗੀ। ਹਾਂ, ਅਮਰੂਦ ਅਗਲੇ ਸਾਲ ਨੂੰ ਮੈਨੂੰ 2,00,000 ਰੁਪਇਆ ਦੇਊਗੀ। ਠੀਕ ਹੈ ਜੀ, ਕਿਸਾਨਾਂ ਨੂੰ ਇੱਕ ਵਾਰੀ ਵੈਰਾਇਟੀ ਜ਼ਰੂਰ ਦੱਸ ਦਿਓ ਜੀ। ਇਲਾਹਾਬਾਦੀ ਸਫੈਦਾ ਜੀ। ਠੀਕ ਹੈ ਜੀ, ਪੰਜਾਬ ਯੂਨੀਵਰਸਿਟੀ ਲੁਧਿਆਣਾ। ਇਹਦਾ ਕੀ ਖਰਚ ਆਉਂਦਾ ਇੱਕ ਕਿੱਲੇ ਦੇ ਵਿੱਚ, ਜਾਂ ਇੱਕ ਬੂਟੇ ਦਾ ਕੀ ਖਰਚ ਆਉਂਦਾ ਲਾਉਣ ਦਾ? 50 ਰੁਪਏ ਬੂਟਾ ਪੈਂਦਾ ਜੀ ਆਪਾਂ। ਠੀਕ ਹੈ ਜੀ, ਯੂਨੀਵਰਸਿਟੀ ਪਹਿਲਾਂ ਬੁੱਕ ਕਰਵਾ ਦਈਦਾ ਜੀ 2-3 ਮਹੀਨੇ। ਠੀਕ ਹੈ ਜੀ, ਤੇ ਉਦੋਂ ਬਾਅਦ ਆਨਲਾਈਨ ਹੀ ਬੁੱਕ ਹੋ ਜਾਂਦਾ ਹੈਗਾ। ਠੀਕ ਹੈ ਜੀ, ਤੇ ਉਦੋਂ ਬਾਅਦ ਬਸ ਉਹ ਆਪਾਂ ਜੁਲਾਈ ਅਗਸਤ 'ਚ ਲਿਆਉਂਦੇ ਜੀ ਉਹਨੂੰ। ਠੀਕ ਹੈ ਜੀ, ਕਿਸਾਨ ਭਰਾਵੋ ਤੁਸੀਂ ਨਰਮੇ ਦੀਆਂ ਕਲਿੱਪਾਂ ਵੀ ਦੇਖੀਆਂ ਤੇ ਤੁਸੀਂ ਇਹਨਾਂ ਦੇ ਪਿੰਡ ਵੀ ਵਿਜਿਟ ਕਰ ਸਕਦੇ ਹੋ, ਇਹਨਾਂ ਨੂੰ ਮਿਲ ਵੀ ਸਕਦੇ ਹੋ, ਇਹਨਾਂ ਤੋਂ ਜਾਣਕਾਰੀ ਵੀ ਲੈ ਸਕਦੇ ਹੋ। ਜੇਕਰ ਕੋਈ ਕਿਸਾਨ ਤੁਹਾਨੂੰ ਮਿਲਣਾ ਚਾਹੁੰਦਾ ਜਾਂ ਤੁਸੀਂ ਆਪਣਾ ਮੋਬਾਈਲ ਨੰਬਰ ਦੱਸਣਾ ਚਾਹੁੰਦੇ ਹੋ? 94174545-0-17। ਠੀਕ ਹੈ ਜੀ, ਤੁਸੀਂ ਸਮਾਂ ਕੱਢਿਆ ਜੀ, ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।